ਹਾਂਜੀ ਦੋਸਤੋ, ਵੈਲਕਮ, ਸਵਾਗਤ ਹੈ ਤੁਹਾਡਾ ਸਟੱਡੀਸ਼ਿਪ ਯੂਟਿਊਬ ਚੈਨਲ 'ਤੇ। ਵੀਡੀਓ ਨੰਬਰ 261 ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਰਾਹੀਂ PSPCL ਦੇ ਵੱਲੋਂ ਸਹਾਇਕ ਲਾਈਨਮੈਨ ਦੀ ਭਰਤੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਹੁਣ ਤੱਕ ਤੁਸੀਂ ਸਾਰਿਆਂ ਨੇ ਐਡਮਿਟ ਕਾਰਡ ਹੈ ਜਿਹੜੇ ਆਪਣੇ ਡਾਊਨਲੋਡ ਕਰ ਲਏ ਹੋਣੇ, ਔਰ ਐਡਮਿਟ ਕਾਰਡ ਦੇ ਉੱਪਰ ਪ੍ਰੀਖਿਆ ਦੇ ਸੰਬੰਧੀ ਮਹੱਤਵਪੂਰਨ 23 ਪੁਆਇੰਟ ਹੈ ਜਿਹੜੇ ਹਦਾਇਤਾਂ ਲਿਖੀਆਂ ਗਈਆਂ, ਉਹ ਇੱਕ ਇੱਕ ਹਦਾਇਤ ਤੁਹਾਡੇ ਨਾਲ ਜਾਣਕਾਰੀ ਲਈ ਸਾਂਝੀ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਪ੍ਰੀਖਿਆ ਦੇ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਔਰ ਵੀਡੀਓ ਥੋੜ੍ਹੀ ਲੈਂਥੀ ਹੋ ਸਕਦੀ ਹੈ, ਲੰਬੀ ਹੋ ਸਕਦੀ ਹੈ, ਇੱਕ ਇੱਕ ਹਦਾਇਤ ਤੁਸੀਂ ਧਿਆਨ ਦੇ ਨਾਲ ਸੁਣਨੀ ਹੈ। ਜਿੰਨੀ ਪੇਪਰ ਦੀ ਐਗਜ਼ਾਮ ਦੀ ਤਿਆਰੀ ਕਰਨੀ ਮਹੱਤਵਪੂਰਨ ਹੈ, ਓਨੀ ਹੀ ਮਹੱਤਵਪੂਰਨ ਹੈ ਇਹਨਾਂ ਹਦਾਇਤਾਂ ਦੀ ਪਾਲਣਾ। ਔਰ ਇਹ ਹਦਾਇਤਾਂ ਤੁਹਾਡੀ ਜਾਣਕਾਰੀ ਦੇ ਲਈ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ। ਸਟੇ ਕਨੈਕਟਡ, ਸਟੇ ਅਪਡੇਟਡ, ਜੁੜੇ ਰਹੋ ਇਸ ਚੈਨਲ ਦੇ ਨਾਲ ਔਰ ਅਪਡੇਟ ਰਹੋ। ਮੁੱਢਲੀ ਜਾਣਕਾਰੀ ਤੋਂ ਇਲਾਵਾ ਇਹਨਾਂ 23 ਪੁਆਇੰਟਸ ਦੀ ਜਾਣਕਾਰੀ, ਮਹੱਤਵਪੂਰਨ 23 ਹਦਾਇਤਾਂ ਅਤੇ ਮਹੱਤਵਪੂਰਨ ਨੋਟ ਤੁਹਾਨੂੰ ਵੀਡੀਓ ਦੇ ਲਾਸਟ 'ਤੇ ਸਾਂਝੇ ਕਰਾਂਗੇ। ਮੁੱਢਲੀ ਜਾਣਕਾਰੀ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ PSPCL ਦੇ ਵੱਲੋਂ ਸਹਾਇਕ ਲਾਈਨਮੈਨ ਦੀਆਂ 2500 ਅਸਾਮੀਆਂ ਭਰਨ ਹਿੱਤ CRA 301/23 ਵਿਗਿਆਪਨ ਨੰਬਰ ਜਾਰੀ ਕਰਦੇ ਹੋਏ ਵਿਨੇ ਪੱਤਰਾਂ ਦੀ ਮੰਗ ਉਮੀਦਵਾਰਾਂ ਤੋਂ ਕੀਤੀ ਗਈ ਸੀ, ਔਰ ਇਸ ਨਾਲ ਸੰਬੰਧਿਤ ਔਨਲਾਈਨ ਪ੍ਰੀਖਿਆ ਜੋ ਕੰਪਿਊਟਰ ਬੇਸਡ ਟੈਸਟ ਹੈ ਉਹ ਹੁਣ 23 ਜੂਨ 2024 ਦੇ ਐਤਵਾਰ ਨੂੰ ਕੰਡਕਟ ਕਰਵਾਇਆ ਜਾ ਰਿਹਾ। ਔਰ ਜਿਹੜੇ ਉਮੀਦਵਾਰਾਂ ਨੇ ਐਡਮਿਟ ਕਾਰਡ ਡਾਊਨਲੋਡ ਕੀਤੇ ਹੈ ਉਹਨਾਂ ਦੇ ਪਾਰਟੀਕੁਲਰਸ ਜਿਹੜੇ ਵੇਰਵੇ ਹੈ ਉਹ ਐਡਮਿਟ ਕਾਰਡ ਦੇ ਉੱਪਰ ਪ੍ਰਿੰਟ ਹੈ, ਤਾਂ ਨੀਚੇ ਬੋਟਮ 'ਤੇ ਤੁਹਾਨੂੰ ਇਹ ਲਿਖਿਆ ਨਜ਼ਰ ਆ ਰਿਹਾ ਹੋਏਗਾ, ਪਲੀਜ਼ ਰੀਡ ਦਾ ਫੋਲੋਇੰਗ ਇੰਪੋਰਟੈਂਟ ਇੰਸਟਰਕਸ਼ਨਸ ਕੇਅਰਫੁਲੀ, ਕਿ ਹੇਠ ਲਿਖੀਆਂ ਹਦਾਇਤਾਂ ਨੇ ਜਿਹੜੀਆਂ ਤੁਸੀਂ ਧਿਆਨ ਦੇ ਨਾਲ ਪੜ੍ਹੋ। ਸੋ ਇੱਕ ਇੱਕ ਪੁਆਇੰਟ ਤੁਹਾਡੇ ਨਾਲ ਸਿੰਪਲ ਲੈਂਗੁਏਜ ਦੇ ਵਿੱਚ ਸਾਂਝਾ ਕਰਨ ਲੱਗੇ ਹਾਂ। ਪਹਿਲਾ ਪੁਆਇੰਟ ਹੈ ਕਿ ਜੋ ਤੁਸੀਂ ਟੈਸਟ ਦੇ ਲਈ ਐਗਜ਼ਾਮ ਸੈਂਟਰ ਦੇ ਉੱਪਰ ਕਾਪੀ ਲੈ ਕੇ ਜਾਣੀ ਹੈ, ਜੋ ਕੁਝ ਲੈ ਕੇ ਜਾਣਾ ਉਹ ਹੈ ਪ੍ਰਿੰਟਡ ਕਾਪੀ ਆਫ ਐਡਮਿਟ ਕਾਰਡ, ਐਡਮਿਟ ਕਾਰਡ ਦੀ ਪ੍ਰਿੰਟ ਕੀਤੀ ਹੋਈ ਕਾਪੀ ਜਿਸ ਦੇ ਉੱਪਰ ਤੁਹਾਡੀ ਫੋਟੋ ਲੱਗੀ ਹੋਵੇ ਔਰ ਜਿਸ ਦੇ ਉੱਪਰ ਖੱਬੇ ਹੱਥ ਦਾ ਅੰਗੂਠੇ ਦਾ ਨਿਸ਼ਾਨ ਲੱਗਿਆ ਹੋਵੇ ਉਹ ਤੁਸੀਂ ਨਾਲ ਲੈ ਕੇ ਜਾਣਾ। ਓਰੀਜਨਲ ਫੋਟੋ, ID ਪਰੂਫ ਲੈ ਕੇ ਜਾਣਾ ਨਾਲ ਆਪਣੇ। ਜੋ ਵੀ ਅੱਗੇ ਇੰਸਟਰਕਸ਼ਨਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਓਰੀਜਨਲ ਆਈ ਕਾਰਡ ਹੈ ਜਿਹੜੇ ਤੁਹਾਡੇ ਕੰਸੀਡਰ ਕੀਤੇ ਜਾਣਗੇ, ਉਹਨਾਂ 'ਚੋਂ ਕੋਈ ਵੀ ਫੋਟੋ ID ਕਾਰਡ ਹੈ ਜਿਹੜਾ ਤੁਸੀਂ ਨਾਲ ਲੈ ਕੇ ਜਾਣਾ ਓਰੀਜਨਲ, ਉਹਦੀ ਫੋਟੋ ਕਾਪੀ ਜਾਂ ਸਕੈਂਡ ਕਾਪੀ ਨਹੀਂ ਹੋਣੀ ਚਾਹੀਦੀ, ਓਰੀਜਨਲ ਅਸਲੀ ਜਿਹੜਾ ਪਛਾਣ ਪੱਤਰ ਉਹ ਲੈ ਕੇ ਜਾਣਾ। ਇੱਕ ਕਲਰਡ ਫੋਟੋਗ੍ਰਾਫ ਹੈ ਜਿਹੜੀ ਤੁਸੀਂ ਉਹ ਪੇਸਟ ਹੋਊਗੀ ਤੁਹਾਡੀ ਅਟੈਂਡੈਂਸ ਸ਼ੀਟ ਦੇ ਉੱਪਰ, ਉਹ ਐਕਸਟਰਾ ਫੋਟੋਗ੍ਰਾਫ ਰੰਗਦਾਰ ਫੋਟੋਗ੍ਰਾਫ ਇੱਕ ਤੁਸੀਂ ਨਾਲ ਲੈ ਕੇ ਜਾਣੀ ਹੈ, ਜਿਹੜੀ ਐਪਲੀਕੇਸ਼ਨ ਫੋਰਮ ਦੇ ਉੱਪਰ ਅਪਲੋਡ ਕੀਤੀ ਸੀ ਤੁਸੀਂ, ਔਰ ਜਿਹੜੀ ਐਡਮਿਟ ਕਾਰਡ ਦੇ ਉੱਪਰ ਸੇਮ ਫੋਟੋ ਪੇਸਟ ਕੀਤੀ ਹੈ ਇੱਕ ਐਕਸਟਰਾ ਫੋਟੋ ਲੈ ਕੇ ਜਾਣੀ ਹੈ। ਔਰ ਦੂਸਰਾ ਪੁਆਇੰਟ ਇਹਦੇ 'ਚ ਹੈ ਕਿ ਕੋਈ ਵੀ ਰਿਕੁਐਸਟ ਹੈ ਤੁਹਾਡੀ ਜਿਹੜੀ ਇੰਟਰਟੇਨ ਨਹੀਂ ਕੀਤੀ ਜਾਏਗੀ, ਡੇਟ ਦੇ ਸੰਬੰਧ 'ਚ, ਐਗਜ਼ਾਮੀਨੇਸ਼ਨ ਦੇ ਟਾਈਮ ਦੇ ਸੰਬੰਧ ਦੇ ਵਿੱਚ ਜਾਂ ਐਗਜ਼ਾਮੀਨੇਸ਼ਨ ਸੈਂਟਰ ਨੂੰ ਚੇਂਜ ਕਰਨ ਦੇ ਸੰਬੰਧ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਸਰਕਮਸਟਾਂਸਿਸ ਦੇ ਅੰਡਰ ਇਹ ਰਿਕੁਐਸਟ ਤੁਹਾਡੀ ਕੰਸੀਡਰ ਨਹੀਂ ਕੀਤੀ ਜਾਏਗੀ। ਈ ਐਡਮਿਟ ਕਾਰਡ ਹੈ ਜਿਹੜਾ ਉਹ ਵੈਲਿਡ ਹੋਏਗਾ ਸਿਰਫ ਟੈਸਟ ਦੀ ਡੇਟ ਵਾਲੇ ਦਿਨ, ਟਾਈਮ ਦੇ ਦੌਰਾਨ, ਔਰ ਸੈਂਟਰ ਜਿਹੜਾ ਤੁਹਾਡਾ ਸਪੈਸੀਫਾਈਡ ਮੈਂਸ਼ਨ ਕੀਤਾ ਹੈ ਉਹਦੇ ਲਈ, ਮੈਂਸ਼ਨ ਕੀਤੇ ਹੋਏ ਸੈਂਟਰ ਦੇ ਲਈ, ਡੇਟ ਦੇ ਲਈ ਔਰ ਟਾਈਮ ਦੇ ਲਈ ਵੈਲਿਡ ਹੋਏਗਾ। ਔਰ ਥਰਡ ਪੁਆਇੰਟ ਹੈ, ਕੈਂਡੀਡੇਟਸ ਨੇ ਆਪਣੀ ਜਿਹੜੀ ਪ੍ਰਿੰਟਡ ਕਾਪੀ ਹੈ ਡਾਊਨਲੋਡ ਕੀਤੇ ਹੋਏ ਐਡਮਿਟ ਕਾਰਡ ਦੀ, ਉਹ ਵੈਰੀਫਿਕੇਸ਼ਨ ਦੇ ਲਈ ਨਾਲ ਲੈ ਕੇ ਜਾਣੀ ਹੈ ਐਗਜ਼ਾਮੀਨੇਸ਼ਨ ਦੇ ਦੌਰਾਨ। ਔਰ ਜਿਹੜਾ ਤੁਹਾਨੂੰ ਅਲੋਟ ਹੋਇਆ ਸੈਂਟਰ ਵੈਨਿਊ ਉੱਥੇ ਤੁਸੀਂ ਇੱਕ ਓਰੀਜਨਲ ID ਪਰੂਫ ਵੀ ਨਾਲ ਲੈ ਕੇ ਜਾਣਾ, ਉਹ ਹੋ ਸਕਦਾ ਗਵਰਨਮੈਂਟ ਤੁਸੀਂ ਇੰਪਲਾਈ ਹੋਵੋ ਉਹ ਤੁਹਾਡਾ ਗਵਰਨਮੈਂਟ ਇੰਪਲਾਇਰ ਦਾ ID ਹੋਵੇ, ਜਾਂ ਫਿਰ ਡਰਾਈਵਿੰਗ ਲਾਇਸੈਂਸ ਹੋਵੇ, ਵੋਟਰ ਕਾਰਡ ਹੋਵੇ, ਆਧਾਰ ਕਾਰਡ ਹੋਵੇ, ਪਾਸਪੋਰਟ ਹੋਵੇ, ਪੈਨ ਕਾਰਡ ਹੋਵੇ, ਜਿਹੜਾ ਗਵਰਨਮੈਂਟ ਅਥਾਰਟੀ ਵੱਲੋਂ ਇਸ਼ੂ ਕੀਤਾ ਗਿਆ ਕੋਈ ਵੀ ਡਾਕੂਮੈਂਟ ਆ ਉਹ ਤੁਸੀਂ ਓਰੀਜਨਲ ਨਾਲ ਲੈ ਕੇ ਜਾਣਾ ਵੈਰੀਫਿਕੇਸ਼ਨ ਦੇ ਲਈ। ਫੋਰਥ ਪੁਆਇੰਟ ਹੈ ਕਿ ਕੈਂਡੀਡੇਟਸ ਨੇ
ਟਰਾਂਸਪੇਰੈਂਟ ਬਾਲ ਪੁਆਇੰਟ ਪੈੱਨ ਹੈ ਜਿਹੜਾ ਉਹ ਬਲੂ ਜਾਂ ਬਲੈਕ ਕਲਰ ਦਾ ਹੋਵੇ, ਨਾਲ ਲੈ ਕੇ ਜਾਣਾ। ਔਰ ਤੁਹਾਨੂੰ ਸੈਂਟਰ 'ਤੇ ਕਿਸੇ ਤਰ੍ਹਾਂ ਦਾ ਕੋਈ ਪੈੱਨ ਵਗੈਰਾ ਮੁਹੱਈਆ ਨਹੀਂ ਕਰਵਾਇਆ ਜਾਏਗਾ। ਪੰਜਵਾਂ ਪੁਆਇੰਟ ਹੈ ਕਿ ਕੋਈ ਵੀ ਕੈਂਡੀਡੇਟ ਹੈ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ 'ਤੇ ਅਲਾਊ ਨਹੀਂ ਕੀਤਾ ਜਾਊਗਾ ਐਂਟਰੀ ਕਰਨ ਦੇ ਦੌਰਾਨ, ਜਦੋਂ ਤੱਕ ਉਹਨਾਂ ਕੋਲ ਈ ਐਡਮਿਟ ਕਾਰਡ 'ਤੇ ਫੋਟੋ ਆਈ ਡੀ ਪਰੂਫ, ਓਰੀਜਨਲ ਫੋਟੋ ਆਈ ਡੀ ਪਰੂਫ ਨਹੀਂ ਹੋਊਗਾ। ਸੋ ਇਹ ਤੁਹਾਡੇ ਲਈ ਇੰਪੋਰਟੈਂਟ ਹੈ ਕਿ ਤੁਸੀਂ ਐਗਜ਼ਾਮੀਨੇਸ਼ਨ ਸੈਂਟਰ 'ਤੇ ਆਪਣੇ ਈ ਐਡਮਿਟ ਕਾਰਡ ਦੀ ਪ੍ਰਿੰਟ ਕੀਤੀ ਹੋਈ ਕਾਪੀ ਔਰ ਉਹਦੇ 'ਤੇ ਫੋਟੋ ਪੇਸਟ ਕੀਤੀ ਹੋਵੇ ਅਤੇ ਅੰਗੂਠੇ ਦਾ ਨਿਸ਼ਾਨ ਪਹਿਲਾਂ ਹੀ ਤੁਹਾਡਾ ਲੱਗਿਆ ਹੋਵੇ ਅਤੇ ਇੱਕ ਓਰੀਜਨਲ ਫੋਟੋ ਆਈ ਡੀ ਪਰੂਫ ਤੁਹਾਡੇ ਨਾਲ ਹੋਵੇ। ਔਰ ਈ ਐਡਮਿਟ ਕਾਰਡ ਦਾ ਜਿਹੜੇ ਉਹ PSPCL ਦੀ ਵੈਬਸਾਈਟ 'ਤੇ ਅਵੇਲੇਬਲ ਨੇ, ਤੁਸੀਂ ਲਿੰਕ ਤੋਂ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ, ਪ੍ਰਿੰਟ ਕਰ ਸਕਦੇ ਹੋ। ਔਰ ਕੋਈ ਵੀ ਤੁਹਾਨੂੰ ਐਡਮਿਟ ਕਾਰਡ ਜਿਹੜਾ ਕਿਸੇ ਵੀ ਰੂਪ ਦੇ ਵਿੱਚ ਬਾਏ ਪੋਸਟ ਤੁਹਾਡੇ ਐਡਰੈਸ 'ਤੇ ਨਹੀਂ ਮਿਲੇਗਾ, ਸਿਰਫ ਔਨਲਾਈਨ ਤੁਸੀਂ ਡਾਊਨਲੋਡ ਕਰਨੇ ਆ, ਉਹਦੀ ਵੱਖਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ। ਛੇਵਾਂ ਪੁਆਇੰਟ ਹੈ, ਕੈਂਡੀਡੇਟਸ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਗਜ਼ਾਮੀਨੇਸ਼ਨ ਸੈਂਟਰ 'ਤੇ ਰਿਪੋਰਟਿੰਗ ਟਾਈਮ 'ਤੇ ਹੀ ਪਹੁੰਚਣ, ਜਿਹੜਾ ਉਹਨਾਂ ਦਾ ਐਡਮਿਟ ਕਾਰਡ ਦੇ ਵਿੱਚ ਰਿਪੋਰਟਿੰਗ ਟਾਈਮ ਲਿਖਿਆ ਉਸੇ ਟਾਈਮ 'ਤੇ ਉਹ ਪਹੁੰਚਣ। ਡੇਢ ਘੰਟਾ ਉਹਨਾਂ ਨੇ ਐਡਵਾਂਸ ਐਗਜ਼ਾਮ ਟਾਈਮ ਤੋਂ ਪਹੁੰਚਣਾ, ਸੋ ਪ੍ਰਿੰਟ ਕੀਤਾ ਹੋਇਆ ਤੁਹਾਡੇ ਐਡਮਿਟ ਕਾਰਡ 'ਤੇ ਉਹ ਟਾਈਮ ਤੁਸੀਂ ਨੋਟ ਕਰ ਲੈਣਾ, ਤਾਂ ਕਿ ਜਿਹੜੀਆਂ ਐਂਟਰੀ 'ਤੇ ਫੋਰਮੈਲਿਟੀਜ਼ ਨੇ ਕੰਪਲਸਰੀ ਤੁਹਾਡੀ ਚੈਕਿੰਗ ਹੋਣੀ ਹੈ, ਫਿਜ਼ੀਕਲੀ ਤੁਹਾਨੂੰ ਤੁਹਾਡੀ ਤਲਾਸ਼ੀ ਲਈ ਜਾਣੀ ਹੈ, ਉਹ ਟਾਈਮ ਰਹਿੰਦੇ ਆ ਪੂਰਾ ਹੋ ਸਕੇ ਸਮੂਥਲੀ। ਮੇਨ ਗੇਟ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ ਦਾ, ਉਹ ਐਗਜ਼ਾਮ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਬੰਦ ਹੋ ਜਾਵੇਗਾ, ਉਸ ਤੋਂ ਬਾਅਦ ਕਿਸੇ ਵੀ ਲੇਟ ਕਮਰ ਨੂੰ ਅਲਾਓ ਨਹੀਂ ਕੀਤਾ ਜਾਏਗਾ। ਕੈਂਡੀਡੇਟਸ ਨੂੰ ਇਹ ਸਲਾਹ ਹੈ ਕਿ ਉਹ ਐਗਜ਼ਾਮੀਨੇਸ਼ਨ ਸੈਂਟਰ 'ਤੇ ਐਡਵਾਂਸ ਟਾਈਮ ਦੇ ਵਿੱਚ ਸਮੇਂ ਸਿਰ ਪਹੁੰਚਣ। ਸੱਤਵਾਂ ਪੁਆਇੰਟ ਹੈ ਕਿ ਕੈਂਡੀਡੇਟਸ ਨੂੰ ਇਹ ਮਨ੍ਹਾ ਕੀਤਾ ਗਿਆ ਕਿ ਕੋਈ ਵੀ ਮੋਬਾਈਲ ਫੋਨ, ਸੈਲੂਲਰ ਫੋਨ, ਈਅਰਫੋਨ, ਇਲੈਕਟ੍ਰੋਨਿਕ ਵਾਚ ਜਾਂ ਕੋਈ ਕੈਲਕੂਲੇਟਰ ਦੀ ਫੈਸਿਲਿਟੀ ਹੈ ਜਿਹੜੀ ਉਹ ਨਹੀਂ ਮਿਲੇਗੀ, ਨਾ ਹੀ ਨਾਲ ਲੈ ਕੇ ਜਾਣਾ ਤੁਸੀਂ ਕੋਈ ਹੈਂਡਬੈਗ, ਪੇਪਰ, ਬੁੱਕਸ, ਪਰਸ, ਬੈਲਟ, ਔਰਨਾਮੈਂਟਸ, ਆਰਟੀਕਲਸ ਐਂਡ ਐਨੀ ਅਦਰ ਇਲੈਕਟ੍ਰੋਨਿਕ ਨੋਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਡਿਵਾਈਸਿਸ। ਕੋਈ ਵੀ ਤੁਹਾਡੇ ਕੋਲ ਇਲੈਕਟ੍ਰੋਨਿਕ ਜਾਂ ਨੋਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਡਿਵਾਈਸ ਨਹੀਂ ਹੋਣਾ ਚਾਹੀਦਾ ਐਗਜ਼ਾਮੀਨੇਸ਼ਨ ਸੈਂਟਰ 'ਤੇ। PSPCL ਦੀ ਕੋਈ ਰਿਸਪੋਂਸੀਬਿਲਟੀ ਨਹੀਂ ਹੈ ਤੁਹਾਡੀ ਕਸਟਡੀ ਦੀ, ਜਾਂ ਕੋਈ ਤੁਹਾਡਾ ਲੋਸ ਹੋ ਜਾਂਦਾ ਕੋਈ ਤੁਹਾਡੇ ਸਮਾਨ ਦਾ, ਤਾਂ ਤੁਸੀਂ ਆਪਣਾ ਜਿਹੜਾ ਸਮਾਨ ਹੈ ਕੋਈ ਵੀ ਇਹੋ ਜਿਹਾ ਨਾਲ ਨਹੀਂ ਲੈ ਕੇ ਜਾਣਾ। ਅੱਠਵਾਂ ਪੁਆਇੰਟ ਹੈ ਕਿ ਕੈਂਡੀਡੇਟਸ ਨੂੰ ਸਟ੍ਰਿਕਟਲੀ ਇਹ ਐਡਵਾਈਸ ਕੀਤਾ ਜਾ ਰਿਹਾ ਕਿ ਉਹ ਕੋਈ ਵੀ ਜਵੈਲਰੀ, ਗਹਿਣੇ ਵਗੈਰਾ ਨਾ ਪਹਿਨਣ, ਕੋਈ ਮੇਕਅਪ ਬਾਡੀ 'ਤੇ ਨਾ ਕੀਤਾ ਹੋਵੇ ਜਾਂ ਬਾਡੀ ਵੀਅਰੇਬਲ ਲਾਈਕ ਕੈਪ ਵਗੈਰਾ, ਹੈਟ, ਡਾਰਕ ਗਲਾਸਿਸ ਵਗੈਰਾ ਨਾ ਪਹਿਨਣ ਕਿ ਤਾਂ ਕਿ ਕਿਸੇ ਤਰ੍ਹਾਂ ਦੀ ਇੰਟਰਫੇਰੈਂਸ ਨਾ ਹੋਵੇ ਉਹਨਾਂ ਦੀ ਐਕਚੁਅਲ ਲੁੱਕ ਦੇ ਵਿੱਚ, ਤਾਂ ਔਰ ਕੈਂਡੀਡੇਟਸ ਨੂੰ ਕੋਈ ਉਹਨਾਂ ਦੀ ਜਿਹੜੀ ਕੈਂਡੀਡੇਟਸ ਦੀ ਫੇਸ ਦੀ ਡਿਫਰੈਂਸ ਨਾ ਆਵੇ ਜਿਹੜੀ ਫੋਟੋ ਅਪਲੋਡ ਕੀਤੀ ਉਹਨਾਂ ਨੇ ਐਪਲੀਕੇਸ਼ਨ ਫੋਰਮ 'ਤੇ। ਸੋ ਨੌਵਾਂ ਪੁਆਇੰਟ ਹੈ, ਕੈਂਡੀਡੇਟਸ ਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਏਗਾ ਬਾਇਓਮੈਟ੍ਰਿਕ ਸਿਸਟਮ ਦੇ ਉੱਪਰ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ। ਬਾਇਓਮੈਟ੍ਰਿਕ ਸਿਸਟਮ ਦੇ ਉੱਪਰ ਆਪਣੇ ਆਪ ਨੂੰ ਰਜਿਸਟ੍ਰੇਸ਼ਨ ਤੁਸੀਂ ਕਰਨੀ ਹੈ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਟੈਸਟ ਦੇ ਵਿੱਚ, ਤਾਂ ਕਿ ਉਹਨਾਂ ਦੀ ਜਿਹੜੀ ਬਾਇਓਮੈਟ੍ਰਿਕ ਹੈ ਕੈਪਚਰ ਕੀਤੀਆਂ ਜਾ ਸਕਣ, ਉਹ ਜਿਹੜੇ ਡਾਕੂਮੈਂਟ ਚੈਕਿੰਗ ਦੇ ਦੌਰਾਨ ਉਹ ਮੈਚ ਹੋ ਸਕਣ, ਉਹਨਾਂ ਦੇ ਮੈਚ ਕੀਤੇ ਜਾ ਸਕਦੇ। ਇਸ ਲਈ ਤੁਸੀਂ ਕੋਈ ਵੀ ਹੱਥਾਂ ਦੇ ਉੱਪਰ ਜਾਂ ਪੈਰਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਮਹਿੰਦੀ, ਇੰਕ ਜਾਂ ਕੋਈ ਇਹੋ ਜਿਹੇ ਜਿਹੜਾ ਮੇਕਅਪ ਵਗੈਰਾ ਨਾ ਤੁਸੀਂ ਕੀਤਾ ਹੋਵੇ। ਇਹ ਬਾਇਓਮੈਟ੍ਰਿਕਸ ਤੁਹਾਡੀ ਆਈਡੈਂਟੀਫਿਕੇਸ਼ਨ ਦੇ ਲਈ ਅਗਲੀਆਂ ਸਟੇਜਸ ਨੇ ਜਿਹੜੀਆਂ ਤੁਹਾਡੀ ਰਿਕਰੂਟਮੈਂਟ ਦੀਆਂ, ਡਾਕੂਮੈਂਟ ਵੈਰੀਫਿਕੇਸ਼ਨ ਦੌਰਾਨ ਜਾਂ ਜੁਆਇਨਿੰਗ ਦੇ ਦੌਰਾਨ ਚੈੱਕ ਕੀਤੀਆਂ ਜਾ ਸਕਦੀਆਂ, ਉਹ ਮੈਚ ਹੋਣੀਆਂ ਚਾਹੀਦੀਆਂ। ਦਸਵਾਂ ਪੁਆਇੰਟ ਹੈ, ਜੋ ਵੀ ਇੱਕ ਫੋਟੋਗ੍ਰਾਫ ਜਦੋਂ ਰਜਿਸਟ੍ਰੇਸ਼ਨ ਡੈਸਕ 'ਤੇ ਤੁਸੀਂ ਪਹੁੰਚੋਗੇ ਉਹਦੀ ਫੋਟੋਗ੍ਰਾਫ ਕੈਂਡੀਡੇਟ ਦੀ ਹੋਣੀ ਹੈ, ਤਾਂ ਕੈਂਡੀਡੇਟਸ ਨੂੰ ਅਲਾਓ ਨਹੀਂ ਕੀਤਾ ਜਾਏਗਾ ਜਿਹੜਾ ਐਗਜ਼ਾਮ ਸੈਂਟਰ ਹੈ, ਐਗਜ਼ਾਮ ਰੂਮ ਹੈ ਜਾਂ ਹਾਲ ਹੈ
ਉਹ ਬਾਹਰ ਜਾਣ ਦੇ ਲਈ, ਉਸ ਤੋਂ ਬਾਅਦ ਜਦੋਂ ਇੱਕ ਵਾਰੀ ਤੁਹਾਡੀ ਫੋਟੋ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਰਫ ਵਰਕ ਕਰਨ ਦੇ ਲਈ ਪੇਪਰ ਹੈ ਜਿਹੜੇ, ਉਹ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਰੂਮ ਦੇ ਵਿੱਚ ਹੀ ਮਿਲਣਗੇ। ਕੋਈ ਵੀ ਐਕਸਟਰਾ ਪੇਪਰ ਤੁਸੀਂ ਬਾਹਰੋਂ ਨਹੀਂ ਲੈ ਕੇ ਜਾਣਾ, ਔਰ ਉਹ ਤੁਸੀਂ ਰਿਟਰਨ ਕਰਨੇ ਹਨ ਇਨਵਿਜੀਲੇਟਰ ਨੂੰ, ਜਿਹੜੇ ਡਿਊਟੀ 'ਤੇ ਸਟਾਫ ਮੈਂਬਰ ਹੋਣਗੇ ਉਹਨਾਂ ਨੂੰ। ਪੇਪਰ ਖਤਮ ਹੋਣ ਤੋਂ ਬਾਅਦ ਤੁਸੀਂ ਵਾਪਸ ਉੱਥੇ ਹੀ ਤੁਸੀਂ ਰੂਮ ਦੇ ਵਿੱਚ ਕਰਨੇ ਹੈ। 12ਵਾਂ ਪੁਆਇੰਟ ਹੈ ਯੂਜ਼ਰ ਆਈਡੀ ਅਤੇ ਪਾਸਵਰਡ ਹੈ ਜਿਹੜੇ ਤੁਹਾਡੇ CBT ਲਈ, ਕੰਪਿਊਟਰ ਬੇਸਡ ਟੈਸਟ ਲਈ। ਉਹ ਤੁਹਾਨੂੰ ਐਗਜ਼ਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੀ ਸੀਟ 'ਤੇ 10 ਮਿੰਟ ਪਹਿਲਾਂ ਪ੍ਰੋਵਾਈਡ ਕੀਤੇ ਜਾਣਗੇ ਹਾਲ ਦੇ ਵਿੱਚ, ਜਦੋਂ ਹੀ ਤੁਹਾਡਾ ਐਗਜ਼ਾਮ ਸ਼ੁਰੂ ਹੋਣਾ। ਉਸ ਤੋਂ 10 ਮਿੰਟ ਪਹਿਲਾਂ ਤੁਹਾਨੂੰ ਯੂਜ਼ਰ ਆਈਡੀ ਤੁਹਾਡਾ ਔਰ ਪਾਸਵਰਡ ਤੁਹਾਡਾ ਤੁਹਾਨੂੰ ਮਿਲ ਜਾਏਗਾ, ਉਹਦੀ ਤੁਹਾਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ। 13ਵਾਂ ਪੁਆਇੰਟ ਹੈ ਕਿ ਕੋਈ ਵੀ ਕੈਂਡੀਡੇਟ ਕਾਪੀ ਕਰਦਾ ਜਾਂ ਕੋਈ ਕਾਪੀ ਜਾਂ ਪੇਪਰ ਰਿਸੀਵ ਕਰਦਾ ਕਿਸੇ ਤੋਂ, ਜਾਂ ਕਿਸੇ ਦੀ ਹੈਲਪ ਕਰਦਾ ਇੱਕ ਦੂਜੇ ਦੀ, ਜਾਂ ਕੋਈ ਇਹੋ ਜਿਹੇ ਹੋਰ ਅਨਫੇਅਰ ਮੀਨਜ਼ ਦੇ ਦੌਰਾਨ ਫੜਿਆ ਜਾਂਦਾ, ਤਾਂ ਉਹ ਡਿਸਕੁਆਲੀਫਾਈ ਹੋ ਜਾਏਗਾ ਅਤੇ ਉਹਦੀ ਜਿਹੜੀ ਪਾਤਰਤਾ ਹੈ ਉਹ PSPCL ਦੁਆਰਾ ਰੱਦ ਕਰ ਦਿੱਤੀ ਜਾਵੇਗੀ। ਅਗਲਾ ਪੁਆਇੰਟ ਹੈ 14ਵਾਂ ਪੁਆਇੰਟ, ਕੈਂਡੀਡੇਟਸ ਜਿਹੜੇ ਅਪੀਅਰ ਹੋ ਰਹੇ ਔਨਲਾਈਨ ਟੈਸਟ ਦੇ ਵਿੱਚ, ਉਹ ਆਪਣੇ ਇੰਟਰਸਟ ਦੇ ਲਈ, ਆਪਣੇ ਹਿੱਤ ਦੇ ਲਈ, ਉਹ ਆਪਣੀ ਐਲੀਜੀਬਿਲਟੀ ਵਗੈਰਾ ਸਾਰੇ ਪੱਖਾਂ ਤੋਂ ਚੈੱਕ ਕਰ ਲੈਣ, ਤਾਂ ਕਿ ਉਹਨਾਂ ਨੂੰ ਕਿਸੇ ਬਾਅਦ ਵਾਲੀ ਸਟੇਜ 'ਤੇ ਰਿਕਰੂਟਮੈਂਟ ਦੇ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਇਹ ਤੁਹਾਡੀ ਰਿਕਰੂਟਮੈਂਟ ਪ੍ਰੋਸੈਸ ਹੈ ਜਿਹੜਾ ਕੈਂਡੀਡੇਟ ਹੈ ਇਹਦੀ ਪਾਤਰਤਾ ਤੁਹਾਡੀ ਉਹ ਪਿਓਰਲੀ ਪ੍ਰੋਵੀਜ਼ਨਲ ਹੈ। ਕਿਸੇ ਵੀ ਸਟੇਜ 'ਤੇ ਜੇ ਤੁਸੀਂ ਡਿਸਕੁਆਲੀਫਾਈ ਹੁੰਦੇ ਹੋ ਤਾਂ ਤੁਹਾਡੀ ਆਪਣੀ ਜਿਹੜੀ ਰਿਸਪੋਂਸੀਬਿਲਟੀ ਹੋਏਗੀ। 15ਵਾਂ ਪੁਆਇੰਟ ਹੈ ਕਿ ਜੋ ਐਡਮਿਟ ਕਾਰਡ 'ਤੇ ਡਿਟੇਲਸ ਨੇ ਤੁਹਾਡੀਆਂ ਪ੍ਰਿੰਟ ਹੋਈਆਂ ਨੇ, ਜੋ ਵੀ ਡਾਟਾ ਤੁਹਾਡਾ ਪ੍ਰਿੰਟ ਹੋ ਕੇ ਐਡਮਿਟ ਕਾਰਡ 'ਤੇ ਆ ਰਿਹਾ ਪ੍ਰਿੰਟ ਕਰਨ ਤੋਂ ਬਾਅਦ, ਤਾਂ ਉਹਦੇ ਵਿੱਚ ਜੇ ਕੋਈ ਮਿਸਮੈਚ ਹੈ ਜਾਂ ਕੋਈ ਐਰਰ ਹੈ ਜਾਂ ਕੋਈ ਡਿਸਕ੍ਰੀਪੈਂਸੀ ਹੈ ਮਿਸ ਪ੍ਰਿੰਟਿੰਗ ਐਡਮਿਟ ਕਾਰਡ ਦੇ ਉੱਪਰ, ਤੁਹਾਡੀ ਫੋਟੋ ਦੇ ਸੰਬੰਧ ਦੇ ਵਿੱਚ, ਸਿਗਨੇਚਰ ਦੇ ਸੰਬੰਧ ਦੇ ਵਿੱਚ, ਡੇਟ ਆਫ ਬਰਥ ਜਾਂ ਕੋਈ ਹੋਰ ਡਿਟੇਲਸ ਤੁਹਾਡੀਆਂ ਗਲਤ ਆ ਰਹੀਆਂ ਨੇ, ਤਾਂ ਉਹ ਤੁਸੀਂ ਰਿਪੋਰਟ ਕਰਨਾ ਐਟਲੀਸਟ 1 ਡੇ ਬਿਫੋਰ ਦਾ ਕੰਡਕਟ ਆਫ ਐਗਜ਼ਾਮ। ਘੱਟੋ ਘੱਟ 1 ਦਿਨ ਪਹਿਲਾਂ ਤੁਸੀਂ ਸਮਾਂ ਰਹਿੰਦੇ ਹਾਂ, ਫਰਾਈਡੇ ਅੱਜ ਹੋ ਗਿਆ ਜਦੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਤਾਂ ਫਰਾਈਡੇ ਈਵਨਿੰਗ ਤੱਕ ਜਾਂ ਸੈਟਰਡੇ ਤੁਸੀਂ ਇਹ ਰਿਪੋਰਟ ਕਰਨਾ ਆਪਣਾ ਕਿ ਤੁਹਾਡੀ ਮਿਸਮੈਚਿੰਗ ਹੈ, ਫੋਟੋ ਵਗੈਰਾ ਤੁਹਾਡੀ ਗਲਤ ਹੈ ਜਾਂ ਸਾਈਨ ਤੁਹਾਡੇ ਨਹੀਂ ਆ ਰਹੇ ਜਾਂ ਸਾਈਨ ਪ੍ਰਿੰਟ ਨਹੀਂ ਹੋ ਰਹੇ। ਇਹੋ ਜਿਹੀ ਕੋਈ ਵੀ ਤੁਹਾਨੂੰ ਐਡਮਿਟ ਕਾਰਡ 'ਤੇ ਜੇ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਦਿੱਤੇ ਹੋਏ ਜਿਹੜੇ PSPCL ਦਾ ਲਿੰਕ ਹੈ ਜਾਂ ਫੋਨ ਨੰਬਰ ਦਿੱਤੇ ਆ ਜਿਹੜੇ, ਉਹਨਾਂ 'ਤੇ ਤੁਸੀਂ ਇਹ ਰਿਪੋਰਟ ਜ਼ਰੂਰ ਕਰਨੀ ਹੈ। ਇਸ ਤੋਂ ਬਾਅਦ ਤੁਹਾਡੇ ਚੇਂਜ ਜਿਹੜੀ ਨੇਮ ਦੇ ਵਿੱਚ ਕਰਨੀ ਹੈ ਤੁਸੀਂ, ਜਾਂ ਕੈਟੇਗਰੀ ਦੇ ਵਿੱਚ ਡੇਟ ਆਫ ਬਰਥ ਦੇ ਵਿੱਚ, ਉਹ ਇੰਟਰਟੇਨ ਨਹੀਂ ਕੀਤੀ ਜਾਏਗੀ, ਤੁਹਾਡਾ ਨਾਮ ਨਹੀਂ ਚੇਂਜ ਹੋ ਸਕਦਾ, ਕੈਟੇਗਰੀ ਜਿਹੜੀ ਤੁਸੀਂ ਐਪਲੀਕੇਸ਼ਨ ਫੋਰਮ ਦੇ ਵਿੱਚ ਦਿੱਤੀ ਆ ਉਹ ਨਹੀਂ ਚੇਂਜ ਹੋ ਸਕਦੀ, ਡੇਟ ਆਫ ਬਰਥ ਨਹੀਂ ਚੇਂਜ ਹੋ ਸਕਦੀ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਐਡਵਾਈਸ ਕੀਤੀ ਗਈ ਸੀ ਤੁਹਾਨੂੰ ਜਦੋਂ ਤੁਸੀਂ ਫੋਰਮ ਸਬਮਿਟ ਕਰਵਾਏ ਸੀ ਕਿ ਤੁਸੀਂ ਪਹਿਲਾਂ ਹੀ ਉਹ ਡਿਟੇਲਸ ਹੈ ਜਿਹੜੀਆਂ ਆਪਣੀਆਂ ਰਿਵਿਊ ਕੀਤੀਆਂ ਸੀ, ਚੈੱਕ ਕੀਤੀਆਂ ਸੀ। 16ਵਾਂ ਪੁਆਇੰਟ ਹੈ ਕਿ ਲਿੰਕ PSPCL ਦੀ ਵੈਬਸਾਈਟ 'ਤੇ ਔਨਲਾਈਨ ਮੌਕ ਟੈਸਟ ਦੇ ਲਈ ਪ੍ਰੋਵਾਈਡ ਕਰ ਦਿੱਤਾ ਗਿਆ, ਉਹਦੀ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਤੁਸੀਂ ਆਪਣੀ ਪ੍ਰੈਕਟਿਸ ਦੇ ਲਈ, ਆਪਣੇ ਜਿਹੜੀ ਪ੍ਰੈਕਟਿਸ ਕਰਨ ਦੇ ਲਈ ਕੰਪਿਊਟਰ ਬੇਸਡ ਟੈਸਟ ਹੈ ਜਿਹੜਾ ਮੌਕ ਟੈਸਟ, ਉਹ ਵਾਰ ਵਾਰ ਤੁਸੀਂ ਪ੍ਰੈਕਟਿਸ ਆਪਣੀ ਕਰ ਸਕਦੇ ਹੋ। 17ਵਾਂ ਪੁਆਇੰਟ ਹੈ ਕੰਪਨਸੇਟਰੀ ਟਾਈਮ ਮਿਲੇਗਾ 20 ਮਿੰਟ ਪਰ ਆਰ, 1 ਘੰਟੇ ਪਿੱਛੇ 20 ਮਿੰਟ ਐਕਸਟਰਾ ਮਿਲਣਗੇ ਜਿਹੜੇ PWD ਕੈਂਡੀਡੇਟਸ ਨੇ, ਉਹ PWD ਕੈਂਡੀਡੇਟਸ ਨੋਟ ਕਰ ਲੈਣ। ਜੇ ਕੋਈ ਸਕ੍ਰਾਈਬ ਤੁਸੀਂ ਲੈ ਕੇ ਜਾਣਾ ਨਾਲ, ਰਾਈਟਰ ਲੈ ਕੇ ਜਾਣਾ PWD ਕੈਂਡੀਡੇਟਸ ਨੇ, ਤਾਂ ਉਹਦੇ ਲਈ ਸਕ੍ਰਾਈਬ ਵੱਲੋਂ ਔਰ ਕੈਂਡੀਡੇਟ ਵੱਲੋਂ ਪਰਫੋਰਮ ਹੈ ਜਿਹੜਾ ਉਹ ਭਰਿਆ ਹੋਵੇ, PSPCL ਦੀ ਵੈਬਸਾਈਟ 'ਤੇ ਅਵੇਲੇਬਲ ਹੈ, ਉਹ ਦੋਨੋਂ ਕੈਂਡੀਡੇਟ ਔਰ ਉਹਦੇ ਸਕ੍ਰਾਈਬ ਦੀ ਹੈਲਪਰ ਦੀ ਜਿਹੜੀ ਸਟੇਟਮੈਂਟ ਹੈ ਉਹ ਪਰਫੋਰਮਾ ਭਰਿਆ ਹੋਵੇ, ਔਰ ਨਾਲ ਆਪਣਾ ਡਿਸੇਬਿਲਿਟੀ ਸਰਟੀਫਿਕੇਟ ਹੈ ਜਿਹੜਾ, ਡਿਸੇਬਿਲਿਟੀ 40% ਜਾਂ ਇਸ ਤੋਂ ਵੱਧ ਹੋਵੇ ਉਹ ਨਾਲ ਲੈ ਕੇ ਜਾਣਾ ਓਰੀਜਨਲ ਤੁਸੀਂ, ਤਾਂ ਇਹ ਨੋਟ ਕਰ ਲੈਣਾ PWD ਕੈਂਡੀਡੇਟਸ ਨੇ। 18ਵਾਂ ਪੁਆਇੰਟ ਹੈ ਕਿ ਜਦੋਂ ਔਨਲਾਈਨ ਐਗਜ਼ਾਮ ਤੁਹਾਡਾ ਕੰਡਕਟ ਹੋ ਜਾਏਗਾ, ਉਸ ਤੋਂ ਬਾਅਦ ਆਲ ਕੈਂਡੀਡੇਟਸ ਜਿਹੜੇ ਅਪੀਅਰ ਹੋਏ ਨੇ ਔਨਲਾਈਨ ਐਗਜ਼ਾਮ ਦੇ ਵਿੱਚ, ਉਹਨਾਂ ਨੂੰ ਕੋਈ ਕੁਐਰੀ ਹੈ ਉਹਨਾਂ ਦੀ ਜਾਂ ਕੋਈ ਓਬਜੈਕਸ਼ਨ ਹੈ,
ਕੁਐਸਚਨਸ ਦੇ ਰਿਲੇਟਡ ਜਾਂ ਆਪਸ਼ਨ ਜਾਂ ਆਨਸਰਸ ਦੇ ਰਿਲੇਟਡ, ਉਹਦੇ ਲਈ ਉਹ ਓਬਜੈਕਸ਼ਨ ਰੇਜ਼ ਕਰ ਸਕਦੇ ਆ। ਉਹਦੇ ਲਈ ਲਿੰਕ ਹੈ ਜਿਹੜਾ PSPCL ਦੀ ਵੈਬਸਾਈਟ 'ਤੇ ਦਿੱਤਾ ਜਾਏਗਾ, ਔਰ ਉਹ ਜਿਹੜੇ ਆਨਸਰ ਦੇ ਨਾਲ ਸੰਬੰਧਿਤ ਜਾਂ ਕੋਈ ਕੁਐਸਚਨ ਦੇ ਨਾਲ ਸੰਬੰਧਿਤ ਕੋਈ ਮਿਸਟੇਕ ਲੱਗ ਗਈ ਤੁਹਾਨੂੰ ਜਾਂ ਕੋਈ ਐਰਰ ਲੱਗਿਆ ਤਾਂ ਤੁਸੀਂ ਉਹ ਰਿਵਿਊ ਜਿਹੜੀ ਐਕਸਪਰਟ ਕਮੇਟੀ ਤੁਹਾਡੇ ਓਬਜੈਕਸ਼ਨ ਨੂੰ ਕਰੇਗੀ, ਔਰ ਫਿਰ ਫਾਈਨਲ ਮੈਰਿਟ ਹੈ ਜਿਹੜੀ ਉਹ ਅਕੋਰਡਿੰਗਲੀ ਪ੍ਰਿਪੇਅਰ ਕੀਤੀ ਜਾਏਗੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਰੀਪ੍ਰਜੈਂਟੇਸ਼ਨ, ਤੁਹਾਡੀ ਕੋਈ ਅਰਜ਼ੀ ਜਾਂ ਤੁਹਾਡੀ ਸੁਣਵਾਈ ਹੈ ਜਿਹੜੀ ਇੰਟਰਟੇਨ ਨਹੀਂ ਹੋਏਗੀ, ਅਤੇ ਤੁਸੀਂ ਜੋ ਲਿੰਕ ਪਾਇਆ ਜਾਏਗਾ PSPCL ਦੀ ਵੈਬਸਾਈਟ 'ਤੇ, ਉਹਦੇ ਰਾਹੀਂ ਤੁਸੀਂ ਆਪਣਾ ਓਬਜੈਕਸ਼ਨ ਪੇਪਰ ਹੋਣ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਪਡੇਟ ਦੇਵਾਂਗੇ। ਜਦੋਂ ਹੀ ਲਿੰਕ ਐਕਟੀਵੇਟ ਹੋ ਜਾਂਦਾ ਤੁਹਾਨੂੰ ਇਸ ਚੈਨਲ 'ਤੇ ਵੀਡੀਓ ਦੇ ਰਾਹੀਂ ਦੱਸਿਆ ਜਾਏਗਾ, ਜਾਂ ਤੁਸੀਂ PSPCL ਦੀ ਵੈਬਸਾਈਟ ਹੈ ਜਿਹੜੀ ਰੈਗੂਲਰਲੀ ਚੈੱਕ ਕਰਦੇ ਰਹਿਣਾ। 19ਵਾਂ ਪੁਆਇੰਟ ਇਹਦੇ 'ਚ ਹੈ ਕਿ ਔਨਲਾਈਨ ਐਗਜ਼ਾਮ ਜਿਹੜਾ ਹੈ ਕੰਡਕਟ ਹੋ ਰਿਹਾ ਪਾਰਟੀਕੁਲਰ ਪੋਸਟ ਦੇ ਲਈ, ਉਹ ਕਈ ਸ਼ਿਫਟਾਂ ਦੇ ਵਿੱਚ ਹੋ ਸਕਦਾ, ਕੈਂਡੀਡੇਟਸ ਦੀ ਸਟਰੈਂਥ ਜ਼ਿਆਦਾ ਹੋਣ ਕਰਕੇ, ਗਿਣਤੀ ਜ਼ਿਆਦਾ ਹੋਣ ਕਰਕੇ ਕਈ ਸ਼ਿਫਟਾਂ ਦੇ ਵਿੱਚ ਕੰਡਕਟ ਕਰਵਾਇਆ ਜਾ ਸਕਦਾ, ਤਾਂ ਕੁਐਸਚਨ ਪੇਪਰ ਵੀ ਅਲੱਗ ਅਲੱਗ ਹੋਣਗੇ, ਤਾਂ ਉਹਦੇ ਜਿਹੜੇ ਡਿਫੀਕਲਟੀ ਲੈਵਲ ਆ ਉਹਨੂੰ ਨੋਰਮਲਾਈਜ਼ ਕਰਨ ਦੇ ਲਈ ਨੋਰਮਲਾਈਜੇਸ਼ਨ ਮੈਥਡ ਆ ਉਹ ਯੂਜ਼ ਕੀਤਾ ਜਾ ਸਕਦਾ। ਸੋ ਇਹ ਕੈਂਡੀਡੇਟ ਨੋਟ ਕਰ ਲੈਣ ਕਿ ਰੋ ਮਾਰਕਸ ਜਿਹੜੇ ਉਹਨਾਂ ਦੇ ਆਉਣਗੇ ਉਹ ਅਲੱਗ ਹੋ ਸਕਦੇ ਆ, ਫਾਈਨਲ ਮੈਰਿਟ ਦੇ ਵਿੱਚ ਉਹਨਾਂ ਦੀ ਮੈਰਿਟ ਲਿਸਟ ਦੇ ਵਿੱਚ ਰੋ ਜਿਹੜੇ ਮਾਰਕਸ ਹੈ ਰੋ ਮਾਰਕਸ ਤੋਂ ਅਲੱਗ ਹੋ ਸਕਦੇ ਆ। ਸੋ ਇਹ ਧਿਆਨ ਰੱਖਣਾ ਤੁਸੀਂ। ਮੈਂ ਨੋਰਮਲਾਈਜੇਸ਼ਨ ਦੀ ਵੀਡੀਓ ਹੈ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਪਹਿਲਾਂ, ਵੀਡੀਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਵੇਖ ਸਕਦੇ ਹੋ ਜਾਂ ਆਈ ਬਟਨ ਤੋਂ ਉੱਪਰੋਂ ਦੇਖ ਸਕਦੇ ਹੋ, ਜਾਂ ਵੀਡੀਓ ਦੇ ਲਾਸਟ 'ਤੇ ਤੁਹਾਨੂੰ ਸਕਰੀਨ 'ਤੇ ਇਹਦਾ ਲਿੰਕ ਹੈ ਜਿਹੜਾ ਉਹ ਮਿਲ ਜਾਏਗਾ। ਬੀਮਾ ਪੁਆਇੰਟ ਇਹਦੇ 'ਚ ਕਿ ਤੁਹਾਨੂੰ ਕੋਈ ਵੀ ਭੱਤਾ TADA ਵਗੈਰਾ ਤੁਹਾਨੂੰ ਆਉਣ ਜਾਣ ਦਾ ਖਰਚਾ ਜਿਹੜਾ ਸਫ਼ਰ ਕਰੋਗੇ ਤੁਸੀਂ ਸੈਂਟਰ ਤੱਕ ਪਹੁੰਚਣ ਦਾ, ਔਨਲਾਈਨ ਟੈਸਟ ਦੇਣ ਦੇ ਲਈ, ਡਾਕੂਮੈਂਟ ਚੈਕਿੰਗ ਦੇ ਦੌਰਾਨ ਜਾਂ ਕਾਉਂਸਲਿੰਗ ਦੇ ਦੌਰਾਨ, ਤਾਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਖਰਚਾ ਜਿਹੜਾ ਆਉਣ ਜਾਣ ਦਾ ਸਫਰੀ ਭੱਤਾ ਵਗੈਰਾ ਜਾਂ ਹੋਰ ਭੱਤਾ ਨਹੀਂ ਮਿਲੇਗਾ, ਤੁਸੀਂ ਆਪਣੇ ਖਰਚੇ 'ਤੇ ਜਾਣਾ। 21ਵਾਂ ਪੁਆਇੰਟ ਹੈ ਕਿ PSPCL ਦਾ ਡਿਸੀਜਨ ਹੈ ਜਿਹੜਾ ਮੋਡ ਆਫ ਸਿਲੈਕਸ਼ਨ ਇਸ ਪੋਸਟ ਦੇ ਲਈ ਜਾਂ ਐਲੀਜੀਬਿਲਟੀ ਕੰਡੀਸ਼ਨ ਦੇ ਲਈ ਉਹ ਫਾਈਨਲ ਹੋਏਗਾ। ਇਸ ਤਰ੍ਹਾਂ ਦੀ ਕੋਈ ਇਹਦੇ ਨਾਲ ਸੰਬੰਧਿਤ ਕੋਰੈਸਪੋਂਡੈਂਸ ਇਸ ਸੰਬੰਧ ਦੇ ਵਿੱਚ ਨਹੀਂ ਕੀਤੀ ਜਾਏਗੀ। 22ਵਾਂ ਪੁਆਇੰਟ ਹੈ ਕਿ ਕੈਂਡੀਡੇਟਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਫ਼ਤਰੀ ਵੈਬਸਾਈਟ ਹੈ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ PSPCL ਦੀ, ਉਹ ਸਮੇਂ ਸਮੇਂ 'ਤੇ ਚੈੱਕ ਕਰਦੇ ਰਹਿਣ। 23ਵਾਂ ਪੁਆਇੰਟ ਇਹਦੇ 'ਚ ਹਦਾਇਤ ਹੈ ਕਿ ਕਿਸੇ ਵੀ ਕੁਐਰੀ ਦੇ ਲਈ, ਐਡਮਿਟ ਕਾਰਡ ਦੀ ਕੁਰੈਕਸ਼ਨ ਦੇ ਲਈ ਜਾਂ ਐਡਮਿਟ ਕਾਰਡ ਡਾਊਨਲੋਡਿੰਗ ਦੇ ਸੰਬੰਧ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤੁਹਾਡਾ ਕੋਈ ਇਸ਼ੂ ਹੈ, ਤਾਂ ਤੁਸੀਂ ਹੈਲਪ ਡੈਸਕ ਨੰਬਰਸ 'ਤੇ ਕਾਲ ਕਰ ਸਕਦੇ ਹੋ। ਸਕਰੀਨ 'ਤੇ ਤੁਹਾਨੂੰ ਹੈਲਪ ਡੈਸਕ ਨੰਬਰ ਹੈ ਜਿਹੜੇ ਨਜ਼ਰ ਆ ਰਿਹਾ, ਸਕਰੀਨਸ਼ੋਟ ਲੈ ਸਕਦੇ ਹੋ। ਇਹ ਹੈਲਪ ਡੈਸਕ ਨੰਬਰਸ 'ਤੇ ਤੁਸੀਂ ਕਾਲ ਕਰਕੇ ਆਪਣੇ ਐਡਮਿਟ ਕਾਰਡ ਦੇ ਵਿੱਚ ਕੁਰੈਕਸ਼ਨ ਕਰਵਾ ਸਕਦੇ ਹੋ, ਜਾਂ ਡਾਊਨਲੋਡ ਤੁਹਾਡਾ ਨਹੀਂ ਹੋ ਰਿਹਾ ਐਡਮਿਟ ਕਾਰਡ, ਉਹਦਾ ਸਲਿਊਸ਼ਨ ਹੈ ਜਿਹੜਾ ਤੁਸੀਂ ਲੈ ਸਕਦੇ ਹੋ। ਸੋ ਇਹ ਸੀ ਜੀ ਮਹੱਤਵਪੂਰਨ 23 ਹਦਾਇਤਾਂ ਜਿਹੜੀਆਂ ਤੁਹਾਡੇ ਐਡਮਿਟ ਕਾਰਡ 'ਤੇ ਪ੍ਰਿੰਟ ਨੇ, ਔਰ ਇਹ ਇੱਕ ਇੱਕ ਪੁਆਇੰਟ ਹੈ ਜਿਹੜਾ ਇੱਕ ਇੱਕ ਹਦਾਇਤ ਹੈ ਤੁਹਾਡੇ ਲਈ ਬਹੁਤ ਮਹੱਤਵਪੂਰਨ, ਧਿਆਨ ਦੇ ਨਾਲ ਤੁਸੀਂ ਇਹ ਪੁਆਇੰਟ ਹੈ ਜਿਹੜੇ ਆਪਣੇ ਮਾਇੰਡ ਦੇ ਵਿੱਚ ਰੱਖਣੇ ਆ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਤੋਂ ਪਹਿਲਾਂ ਔਰ ਬਾਅਦ ਦੇ ਵਿੱਚ। ਤਾਂ ਮਹੱਤਵਪੂਰਨ ਨੋਟ ਤੁਹਾਡੇ ਲਈ ਕਿ ਭਵਿੱਖ ਦੇ ਵਿੱਚ ਵੀ ਅਜਿਹੇ ਟੌਪਿਕਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕਿਸੇ ਤਰ੍ਹਾਂ ਦੀ ਪੁੱਛਗਿੱਛ ਜਾਂ ਸੁਝਾਅ ਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਸਟੱਡੀਸ਼ਿਪ ਨਾਂ ਦਾ ਵਟਸਐਪ ਗਰੁੱਪ ਤੁਸੀਂ ਜੁਆਇਨ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ, ਤਾਂ ਕਿ ਤੁਹਾਡੇ ਤੱਕ ਤੁਹਾਡੇ ਫੋਨ 'ਤੇ ਹਰ ਤਰ੍ਹਾਂ ਦੀ ਅਪਡੇਟ ਹੈ ਜਿਹੜੀ ਗਰੁੱਪ ਦੇ ਵਿੱਚ ਤੁਹਾਨੂੰ ਮਿਲਦੀ ਰਹੇ। ਚੈਨਲ ਦੀ ਮੈਂਬਰਸ਼ਿਪ ਜੁਆਇਨ ਦਾ ਬਟਨ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ। PSPCL ALM ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਅਪਡੇਟ ਤੁਸੀਂ ਪਲੇਲਿਸਟ PSPCL ALM 2500 ਤੋਂ ਲੈ ਸਕਦੇ ਹੋ। ਪਲੇਲਿਸਟ ਡੈਡੀਕੇਟਡ ਇੱਕ ALM 2500 ਪੋਸਟਾਂ ਦੇ ਲਈ ਇਸ ਚੈਨਲ 'ਤੇ ਕ੍ਰੀਏਟ ਕੀਤੀ ਗਈ। ਇਸ ਤੋਂ ਇਲਾਵਾ PSPCL ਦੀਆਂ ਜਿੰਨੀਆਂ ਵੀ ਰਿਕਰੂਟਮੈਂਟਸ ਹੋ ਰਹੀਆਂ ਉਹਨਾਂ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਅਪਡੇਟ PSPCL ਰਿਕਰੂਟਮੈਂਟ ਨਾਂ ਦੀ ਪਲੇਲਿਸਟ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ PSPCL ਦੀ ਅਫੀਸ਼ੀਅਲ ਵੈਬਸਾਈਟ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਰੈਗੂਲਰਲੀ ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਕਿਸ ਤਰ੍ਹਾਂ ਦੀ ਕੋਈ ਅਪਡੇਟ ਤੁਸੀਂ ਮਿਸ ਨਾ ਕਰੋ। ਸੋ ਇਹਦੇ ਨਾਲ ਹੀ ਜਿਹੜੇ ਉਮੀਦਵਾਰ
ELM ਦੀਆਂ ਇਹਨਾਂ ਅਸਾਮੀਆਂ ਦੇ ਲਈ CVT ਦੇ ਵਿੱਚ ਕੰਪਿਊਟਰ ਬੇਸਡ ਟੈਸਟ ਦੇ ਵਿੱਚ ਅਪੀਅਰ ਹੋਣ ਜਾ ਰਹੇ ਆ 23 ਜੂਨ 2024 ਨੂੰ। ਉਹਨਾਂ ਸਾਰਿਆਂ ਦੇ ਲਈ ਸਟੱਡੀਸ਼ਿਪ ਯੂਟਿਊਬ ਚੈਨਲ ਦੇ ਵੱਲੋਂ ਸ਼ੁਭਕਾਮਨਾਵਾਂ, ਗੁੱਡ ਲੱਕ, ਬੈਸਟ ਵਿਸ਼ੇਸ ਫੋਰ ਯੂਅਰ ਬ੍ਰਾਈਟਰ ਫਿਊਚਰ। ਸੋ ਉਮੀਦ ਹੈ ਕਿ ਇਸ ਵੀਡੀਓ ਦੇ ਵਿੱਚ ਮੁਹੱਈਆ ਕਰਵਾਈ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਆਪਣੇ ਸਾਥੀਆਂ ਦੇ ਨਾਲ, ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਰਿਆਂ ਤੱਕ ਇਹ ਹਦਾਇਤਾਂ ਨੇ ਜਿਹੜੀਆਂ ਪੁਆਇੰਟਸ ਨੇ ਉਹ ਪਹੁੰਚਣ ਅਤੇ ਉਹ ਨੋਟ ਕਰ ਲੈਣ, ਐਗਜ਼ਾਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤੁਹਾਨੂੰ ਪੇਸ਼ ਨਾ ਆਵੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ, ਨਵੀਂ ਅਪਡੇਟ ਦੇ ਨਾਲ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ, ਗੁੱਡ ਲੱਕ ਅਗੇਨ।